ਲਓ ਜੀ ਵੀਰੋ, ਅੱਜ ਵਿੱਚ 4 ਜੂਨ ਅਤੇ ਅੱਜ ਮਾਰਨਿੰਗ ਦੇ ਵਿੱਚ ਜਿਹੜੀ ਵੀਡੀਓ ਅਪਲੋਡ ਕੀਤੀ ਸੀ, ਉਸ ਵੀਡੀਓ ਦੇ ਵਿੱਚ 4 ਜੇਰੇ ਨੋਲਾਓਸ ਦਾ 3 ਜੂਨ ਨੂੰ ਇਸ਼ੂ ਹੋਏ ਸਨ, ਉਹਨਾਂ ਬਾਰੇ ਦੱਸਿਆ ਗਿਆ ਸੀ, ਉਹਨਾਂ ਦੀ ਟਾਈਮਿੰਗ ਬਾਰੇ ਦੱਸਿਆ ਗਿਆ ਸੀ। ਜੇ ਵੀਰੋ ਤੁਸੀਂ ਉਹ ਵੀਡੀਓ ਨੂੰ ਨਹੀਂ ਵੇਖਿਆ ਤਾਂ ਵੇਖ ਲਓ ਜਾ ਕੇ, ਕਾਫੀ ਜ਼ਿਆਦਾ ਤੁਹਾਡੇ ਜਿਹੜੇ ਟਾਈਮਿੰਗ ਦੇ ਰਿਲੇਟਡ ਸਵਾਲ ਨੇ ਉਹ ਕਲੀਅਰ ਹੋ ਜਾਣਗੇ। ਕਿਉਂਕਿ ਉਹ ਜਿੰਨੇ 4 ਨੋਲਾਓਸ ਦਾ ਨੇ, ਪਾਕਿਸਤਾਨੀ ਵੀਰਾਂ ਦੇ ਅਤੇ ਇੰਡੀਅਨ ਵੀਰਾਂ ਦੇ, ਉਹਨਾਂ ਦੀ ਟਾਈਮਿੰਗ ਜਿਹੜੀ ਸੀ ਬੜੀ ਵਧੀਆ ਟਾਈਮਿੰਗ ਸੀ, 9:03, 9:04, 9:04:41 ਅਤੇ 9:07 ਟਾਈਮਿੰਗ ਸੀ ਉਹਨਾਂ ਦੀ। ਤਾਂ ਉਸ ਵੀਡੀਓ ਨੂੰ ਜਾ ਕੇ ਵੇਖ ਲਓ, ਕਾਫੀ ਜ਼ਿਆਦਾ ਤੁਹਾਡੇ ਜਿਹੜੇ ਸਵਾਲ ਨੇ ਵੀਰੋ ਕਲੀਅਰ ਹੋ ਜਾਣਗੇ। ਲਓ ਜੀ ਵੀਰੋ, ਵਧਨੇ ਆ ਅਸੀਂ ਇਮੀਗ੍ਰੇਸ਼ਨ ਵੱਲ। ਪਹਿਲੇ ਨੰਬਰ 'ਤੇ ਗੱਲ ਇਹ ਵੇ ਕਿ ਏਜੰਟਾਂ ਤੋਂ ਬਚੋ, ਇਹ ਮੈਂ ਹਰ ਵੀਡੀਓ 'ਚ ਆਉਂਦਾ। ਦੂਜੇ ਨੰਬਰ 'ਤੇ ਗੱਲ ਇਹ ਵੇ ਕਿ 2023 ਅਤੇ 2024 ਦੀਆਂ ਜਿਹੜੀਆਂ ਇਮੀਗ੍ਰੇਸ਼ਨ ਨੇ, ਉਹਨਾਂ 'ਚੋਂ ਹੁਣ ਕੋਈ ਵੀ ਪੇਪਰ ਨਾ ਤਾਂ ਤੁਸੀਂ ਸਬਮਿਟ ਕਰ ਸਕਦੇ ਹੋ ਅਤੇ ਨਾ ਹੀ ਤੁਸੀਂ ਉੱਥੇ ਕੋਈ ਚੇਂਜ ਨਹੀਂ ਕਰਵਾ ਸਕਦੇ ਹੋ। ਠੀਕ ਹੋ ਗਿਆ? ਕਿਉਂਕਿ ਇੱਕ ਵੀਰ ਸੀ ਇੰਸਟਾਗ੍ਰਾਮ 'ਤੇ, ਉਹਨੇ ਮੈਨੂੰ ਮੈਸੇਜ ਕੀਤਾ ਸੀ, ਉਹ ਕਹਿਣ ਡਿਆ ਜੀ ਏਜੰਟ ਕਹਿਣ ਡਿਆ ਵੇ ਜੀ ਤੇਰੀ ਕੋਈ ਡੇਟ ਆਫ ਬਰਥ ਦੇ ਵਿੱਚ ਜਾਂ ਫਿਰ ਕਿਸੇ ਕਿਸਮ ਦਾ ਕੋਈ ਰੋਲਾ ਹੋਵੇ ਅਤੇ ਉਹ 500 ਯੂਰੋ ਦੇਗਾ ਤਾਂ ਫਿਰ ਚੇਂਜ ਹੋਏਗਾ। ਮੈਂ ਤੁਹਾਨੂੰ ਪਹਿਲਾਂ ਦੱਸਦੀ ਹਾਂ, ਜੋ ਤੁਹਾਡੇ ਪਾਸਪੋਰਟ ਦੇ ਉੱਤੇ ਚੀਜ਼ਾਂ ਇੱਕ ਵਾਰੀ ਮੈਂਸ਼ਨ ਹੋ ਜਾਂਦੀਆਂ ਨੇ ਨਾ, ਉਹ ਚੇਂਜ ਨਹੀਂ ਹੋ ਸਕਦੀਆਂ। ਤੁਹਾਡਾ ਨੋਲਾ ਉਸ ਦਾ ਤੁਹਾਡਾ ਦਮੰਦ ਹੈ, ਤੁਹਾਡੀ ਫਸਟ ਕਾਪੀ ਹੈ, ਜੋ ਵੀ ਉਹਦੇ 'ਤੇ ਜੋ ਟਾਈਮਿੰਗ, ਜੋ ਡੇਟ ਐਂਡ ਟਾਈਮ, ਤੁਹਾਡੀ ਡੇਟ ਆਫ ਬਰਥ, ਤੁਹਾਡੇ ਨਾਂ ਦੇ ਸਪੈਲਿੰਗ ਇੱਕ ਵਾਰੀ ਲਿਖ ਕਰ ਦਿੰਦੇ ਅਤੇ ਉਹ ਚੇਂਜ ਬਿਲਕੁਲ ਵੀ ਨਹੀਂ ਹੁੰਦੀ ਹੈ। ਇਟਲੀ 2000 ਇਮੀਗ੍ਰੇਸ਼ਨ ਜਿਹੜੀ ਇੱਕ ਵੀਰ ਨੇ ਏਜੰਟ ਨੇ ਪੇਪਰ ਭਰਾਏ ਸਨ, ਏਜੰਟ ਦੇ ਕੋਲ 2023 ਦੇ ਵਿੱਚ ਉਹਨੇ ਜਿਹੜੇ ਪੇਪਰ ਭਰਾਏ ਸਨ, ਉਹਦੇ ਵਿੱਚ ਉਹਨੇ ਜਾਂ ਫਿਰ ਇਟੈਲੀਅਨ ਲਾਈਕ ਅੰਬੈਸੀ ਦੇ ਵਿੱਚ ਕੋਈ ਪ੍ਰੋਬਲਮ ਬਣੀ ਹੈ ਜਾਂ ਫਿਰ ਕੀ ਹਿਸਾਬ ਕਿਤਾਬ ਹੋਇਆ, ਉਹਦੀ ਨਾ ਡੇਟ ਆਫ ਬਰਥ ਚੇਂਜ ਹੋ ਗਈ ਸੀ। ਹੁਣ ਇਹ ਨਹੀਂ ਪਤਾ ਚੇਂਜ ਹੋਈ ਹੈ ਜਾਂ ਫਿਰ ਨਹੀਂ ਹੋਈ ਹੈ। ਏਜੰਟ ਨੇ ਹੁਣ ਉਹਦੇ ਕੋਲੋਂ ਪੈਸੇ ਮੰਗੇ ਨੇ 500 ਯੂਰੋ, 500 ਯੂਰੋ ਫੀਸ ਪੇ ਕਰੇਗਾ ਅਤੇ ਫਿਰ ਜਿਹੜਾ ਨਾ ਉਹ ਤੇਰਾ ਨੋਲਾ ਉਸ ਦਾ ਜਿਹੜਾ ਉਹ ਅੱਗੋਂ ਇਸ਼ੂ ਹੋਣ ਦੇ ਚਾਂਸ ਹੋਣੇ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤੁਸੀਂ ਕਿਸੇ ਵੀ ਏਜੰਟ ਦੇ ਨਾਲ ਜਾਂ ਕਿਸੇ ਵੀ ਆਪਣੇ ਯਾਰ ਦੋਸਤ ਨਾਲ ਗੱਲਬਾਤ ਕਰ ਦਿੰਦੇ ਨਾ, ਪਹਿਲਾਂ ਹੀ ਗੱਲ ਕਰ ਲਿਆ ਕਰੇ, ਕੋਈ ਜਿਹੜੀਆਂ ਵੀ ਚੀਜ਼ਾਂ ਚਾਹੀਦੀਆਂ ਨੇ ਪਹਿਲਾਂ ਉਹਨੂੰ ਦੇ ਦਿਆ ਕਰੋ। ਕਿਉਂਕਿ ਬਾਅਦ 'ਚ ਜਿੱਥੇ 1-2 ਘੰਟਾ ਲੱਗਦਾ ਹੁੰਦਾ ਪੇਪਰ ਸਬਮਿਟ ਹੋਣ ਲੱਗਾ, ਫਿਰ ਉਸ ਤੋਂ ਬਾਅਦ ਉੱਥੇ ਮਹੀਨਿਆਂ 'ਚ ਗੱਲ ਪੈ ਜਾਂਦੀ ਹੈ। ਅਤੇ ਇਸੇ ਲਈ ਮਿੱਤਰੋ, ਜਿੰਨਾ ਹੋ ਸਕਦਾ ਓਨਾ ਕਲੀਅਰ ਕੱਟ ਪਹਿਲੀਆਂ ਗੱਲ ਕਰਿਆ ਕਰੋ, ਬਹੁਤ ਹੀ ਜ਼ਿਆਦਾ ਗੱਲਾਂ ਜਿਹੜੀਆਂ ਨੇ ਉਹ ਕਲੀਅਰ ਹੋ ਜਾਂਦੀਆਂ ਨੇ ਅਤੇ ਤੁਹਾਡੇ ਕਿੰਨਾ ਪੈਸਾ ਅਤੇ ਸਮਾਂ ਬਚ ਜਾਂਦਾ ਵੇ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਅਤੇ ਜਿਹੜੀ ਅੱਜ ਦੇ ਦਿਨ ਪਹਿਲਾਂ ਵੀਡੀਓ ਅਪਲੋਡ ਕੀਤੀ ਹੈ ਉਹਨੂੰ ਜ਼ਰੂਰ ਵੇਖੋ ਇਸੇ ਚੈਨਲ ਟੀਚ ਵੀਜ਼ਾ ਪੰਜਾਬੀ 'ਤੇ।